ਚਲੋ ਦੇਖਦੇ ਹਾਂ ਕੌਣ ਪਹਿਲਾਂ ਘਰੇ ਜਾਂਦਾ ਹੈ। ਰੁਕ ਜਾ ਅਗਮ, ਪਿਛਲੀ ਵਾਰ ਕੀ ਹੋਇਆ ਸੀ ਤੈਨੂੰ ਯਾਦ ਹੈ ਨਾ? ਜੇ ਨੰਦੀ ਨੂੰ ਫਿਰ ਗੁੱਸਾ ਆਉਂਦਾ ਹੈ ਤੈਨੂੰ ਇਸ ਤਰ੍ਹਾਂ ਮਾਰੇਗਾ। ਜੋ ਤੂੰ ਟੁੱਟਾ ਫੁੱਟਾ ਬੋਲਦਾ ਹੈ ਨਾ ਉਹ ਵੀ ਬੰਦ ਹੋ ਜਾਵੇਗਾ। ਤੈਨੂੰ ਮਜ਼ਾ ਆ ਰਿਹਾ ਹੈ? ਅਰੇ ਮਜ਼ਾ ਸਜ਼ਾ ਚ ਬਦਲ ਜਾਵੇਗੀ। ਇਹ ਤਾਂ ਕੀ ਆ? ਪ੍ਰਭੂ ਉਹ ਦੇਖੋ, ਕਿੰਨੇ ਮਾਰਿਆ ਮੈਨੂੰ ਸਾਹਮਣੇ? ਗਲਤੀ ਨਾਲ ਤੁਹਾਨੂੰ ਲੱਗ ਗਈ, ਮਾਫ ਕਰ ਦੋ। ਮੂਰਖ, ਤੂੰ ਜਾਣਦਾ ਨਹੀਂ ਮੈਂ ਕੌਣ ਆ? ਨਹੀਂ, ਮੈਂ ਨਹੀਂ ਜਾਣਦਾ ਤੂੰ ਕੌਣ ਹੈ। ਓਏ ਮੂਸ਼ਕ, ਤੈਨੂੰ ਪਤਾ ਹੈ ਕੌਣ ਹੈ? ਨਹੀਂ ਪ੍ਰਭੂ, ਮੈਨੂੰ ਵੀ ਨਹੀਂ ਪਤਾ ਹੈ ਕੌਣ ਆ। ਚੰਚਲੋਸੁਰ, ਚੰਚਲੋਸੁਰ ਨਾ ਹੈ ਮੇਰਾ। ਤੂੰ ਮੈਨੂੰ ਜਗਾ ਕੇ ਬਹੁਤ ਵੱਡੀ ਗਲਤੀ ਕਰਤੀ ਹੈ ਮੂਰਖ। ਮੈਂ ਤੈਨੂੰ ਇੱਧਰ ਹੀ ਮਾਰ ਦਿਆਂਗਾ। ਚੰਚਲਾਸੁਰ, ਇਹ ਵੀ ਕੋਈ ਨਾਮ ਹੋਇਆ ਚੰਚਲਾਸੁਰ? ਤੇਰੀ ਇੰਨੀ ਹਿੰਮਤ, ਤੂੰ ਹੈ ਕੌਣ? ਮੈਂ ਹਾਂ ਬਾਲ ਗਣੇਸ਼। ਚਲੋ ਚੰਗਾ ਹੋਇਆ ਤੂੰ ਇੱਧਰ ਹੀ ਮਿਲ ਗਿਆ। ਸ਼ੁਰੂਆਤ ਤੇਰੇ ਤੋਂ ਹੀ ਕਰਦਾ ਹਾਂ ਤੇ ਫਿਰ ਤੇਰੇ ਪੂਰੇ ਪਰਿਵਾਰ ਨੂੰ ਮਾਰ ਕੇ ਕੈਲਾਸ਼ ਤੇ ਮੇਰਾ ਰਾਜ ਹੋਵੇਗਾ। ਚੰਚਲਾਸੁਰ, ਪਹਿਲਾਂ ਮੈਂ ਤੋਂ ਤਾਂ ਨਿਬੜ, ਫਿਰ ਮੇਰੇ ਪਿਤਾ ਕੋਲ ਜਾਈ। ਅਰੇ ਬਾਲਕ, ਤੂੰ ਮੇਰਾ ਕੀ ਵਿਗਾੜ ਲਏਗਾ? ਪਹਿਲੇ ਆਪਣੀ ਤਾਕਤ ਤੇ ਮੇਰੀ ਤਾਕਤ ਤਾਂ ਵੇਖ। ਵੇਖਿਆ ਮੇਰੀ ਤਾਕਤ ਦਾ ਪਰਾਕਰਮ? ਚੰਚਲਾਸੁਰ, ਜੇ ਇਹੀ ਤਾਕਤ ਤੂੰ ਲੋਕਾਂ ਦੀ ਭਲਾਈ ਵਿੱਚ ਲਗਾਵੇਂ ਤਾਂ ਹੁਣ ਤੱਕ ਤੇਰਾ ਬੇੜਾ ਪਾਰ ਹੋ ਜਾਂਦਾ। ਤੂੰ ਮੇਰਾ ਉਧਾਰ ਕਰੇਗਾ? ਮਾਰੋ ਮਾਰੋ, ਮੇਰੀ ਅੰਤਰ ਇੱਛਾ ਹੈ ਕਿ ਤੂੰ ਮੈਨੂੰ ਮਾਰੇ। ਚੰਚਲਾ, ਓਏ ਹੋਏ, ਕੀ ਹੋਇਆ? ਚੰਚਲਾ, ਤੂੰ ਤਾਂ ਗਿਆ ਬੇਟੇ। ਚੰਚਲਾਸੁਰ, ਮੇਰੇ ਭਗਤ ਦਿਲ ਤੋਂ ਜੋ ਵੀ ਮੰਗਦੇ ਨੇ ਮੈਂ ਉਹਨੂੰ ਪੂਰਾ ਕਰਦਾ ਹਾਂ। ਬਸ ਸਿਰਫ ਸ਼ਰਧਾ ਸੱਚੀ ਹੋਣੀ ਚਾਹੀਦੀ ਏ। ਤੂੰ ਸੱਚੀ ਸ਼ਰਧਾ ਨਾਲ ਮੰਗਿਆ ਏ ਤਾਂ ਮੈਂ ਤੇਰੀ ਇੱਛਾ ਜ਼ਰੂਰ ਪੂਰੀ ਕਰਾਂਗਾ। ਤਥਾ ਅਸਤੂ। Oh!
चलो भैया इन्हें इधर ही खत्म कर देने आ। जद तक मैं जिंदा हाँ बाल गणेश नु कोई हाथ भी नहीं ला सकता। हुण मैनू गुस्सा आ रहा है, मैं तुहानू छड्डांगा नहीं। भैया भजो इधरों जान बचाओ। कित्ते जा रहे हैं चंचला? तुसी ठीक तो हो बाल गणेश? नंदी जदों तक तू मेरे नाल है उदों तक मैनू कुछ नहीं हो सकदा। जी प्रभु। प्रभु मैनू थल्ले उतारो। आओ मुशक आओ। प्रभु बहुत भूख लगी है, क्यों ना असी घर जाके मां दे हाथ दे लड्डू खाइए। मोदक चलो। ओ मेरे लिए रुको। अरे अगम कितनी बार कहा नंदी नु गुस्सा ना दिवा, पर तू मेरी किते सुनदा है? हुण तेवे ही लटके रहो इत्थे। की एही एही बोल रहा है? बोल बाल गणेश जी सानू बचा लो। स्वाद ही आ गया। धन्यवाद नंदी जी। हाँ अगम तुसी सही कहा मूशक, हुण तुसी आराम करो अते बाकी सारे काम सादे ते छाड़ दे। ए तक माल हो गया ही, ए ता मेरी जीवन दा सब तो घैंट दिन है। उचाल पर ये धरती ता अचल है, जरूर कुछ गड़बड़े। बेटा गणेश तू ठीक ता है ना? तैनु कुछ होया ता नहीं? नहीं होया माँ, असी सारे ठीक हाँ, पर एथे ता पचालो ना नामुमकिन है, ए किदा होया? बेटा तेरे पिताजी अते मैं एथे बैठे सी अते अचानक धरती हिलन लगी। प्रभु ने जदों ध्यान लगा के देखिया तब पता चलिया कि राक्षस राजा रावण कैलाश नु चुकन दी कोशिश कर रहा सी। ਜਦੋਂ ਉਹਨਾਂ ਦੇ ਸਭ ਤੋਂ ਪਿਆਰੇ ਭਗਤ ਨੇ ਇਹ ਦੁਸ਼ਕਰਮ ਕੀਤਾ ਤਾਂ ਉਸ ਨੂੰ ਸਬਕ ਸਿਖਾਉਣ ਲਈ ਪ੍ਰਭੂ ਨੇ ਆਪਣੇ ਅੰਗੂਠੇ ਤੋਂ ਕੈਲਾਸ਼ ਨੂੰ ਸਥਿਰ ਕਰ ਦਿੱਤਾ। ਅਤੇ ਹੁਣ ਰਾਕਸ਼ਸ ਰਾਜਾ ਰਾਵਣ ਦਾ ਕੀ ਹੋਵੇਗਾ? ਨਮ ਸ਼ਿਵਾਏ ਨਮ ਸ਼ਿਵਾਏ। ਕਿਰਪਾ ਕਰ ਦੋ ਭੋਲੇਨਾਥ, ਮੇਰੇ ਅਹੰਕਾਰ ਦੀ ਵਜ੍ਹਾ ਤੋਂ ਤੁਸੀਂ ਮੇਰੇ ਤੇ ਨਾਰਾਜ਼ ਹੋ ਗਏ। रावण तेनू अपने हंकार दा त्याग करना पऊगा, पर तेरे विच मेरे लिए भगती देख के मैं प्रसन्न होया ते मैं तेनू माफ करदा हां। भोलेनाथ मैं ऐ सब सिर्फ तुहाडे दर्शन करन लई कीता है। बोल तेरी की इच्छा है?
ਭੋਲੇ ਨਾਥ, ਮੈਂ ਬਸ ਤੁਹਾਡੀ ਤਰ੍ਹਾਂ ਹੀ ਸ਼ਕਤੀਸ਼ਾਲੀ ਹੋਣਾ ਚਾਹੁੰਦਾ। ਸੱਚੇ ਭਗਤ ਕਦੇ ਵੀ ਭਗਵਾਨ ਦੇ ਘਰ ਤੋਂ ਕਦੇ ਖਾਲੀ ਹੱਥ ਨਹੀਂ ਮੁੜਦੇ। ਤਥਾਸਤੂ। ਹਾਲੇ ਰਾਕਸ਼ਸ ਰਾਜਾ ਰਾਵਣ, ਅੱਜ ਮੈਂ ਆਪਣੀ ਸਾਰੀ ਸ਼ਕਤੀ ਦਾ ਸਰੋਤ ਤੈਨੂੰ ਦਿੰਦਾ ਹਾਂ, ਲੇਕਿਨ ਇੱਕ ਸ਼ਰਤ ਹੈ। ਸ਼ਰਤ? ਕਿੱਦਾਂ ਦੀ ਸ਼ਰਤ ਭੋਲੇ ਨਾਥ? ਇੱਕ ਵਾਰੀ ਜੇ ਤੂੰ ਆਤਮ ਲਿੰਗ ਚੱਕ ਲਿੱਤਾ ਤਾਂ ਚਾਹੇ ਕੁਛ ਵੀ ਹੋ ਜੇ, ਤੂੰ ਉਹਨੂੰ ਨੀਚੇ ਨਹੀਂ ਰੱਖ ਸਕਦਾ। ਜਦੋਂ ਤੱਕ ਤੂੰ ਆਪਣੇ ਅੰਤਿਮ ਸਥਾਨ ਤੱਕ ਨਹੀਂ ਪਹੁੰਚਦਾ, ਤੇ ਜੇ ਤੂੰ ਆਤਮ ਲਿੰਗ ਨੂੰ ਥੱਲੇ ਰੱਖ ਦਿੱਤਾ ਤਾਂ ਉਸਨੂੰ ਦੁਬਾਰਾ ਚੱਕਣਾ ਔਖਾ ਹੋ ਜੂਗਾ। ਰਾਜਾ ਰਾਵਣ, ਆਤਮ ਲਿੰਗ ਉੱਥੇ ਹੀ ਸਥਾਪਿਤ ਹੋ ਜੂਗਾ ਤੇ ਤੂੰ ਉਹਦੀ ਸ਼ਕਤੀਆਂ ਦਾ ਉਪਯੋਗ ਵੀ ਹਮੇਸ਼ਾ ਦੇ ਲਈ ਖੋ ਦੇਗਾ। ਜੈ ਸ਼ਿਵ ਸ਼ੰਕਰ, ਤੁਸੀਂ ਮੇਰੀ ਇੱਛਾ ਪੂਰੀ ਕਰਕੇ ਮੇਰੀ ਭਗਤੀ ਨੂੰ ਹੋਰ ਵੀ ਗਹਿਰਾ ਕਰ ਦਿੱਤਾ ਹੈ। ਹੁਣ ਜਦੋਂ ਰਾਵਣ ਨੇ ਆਤਮਾ ਲਿੰਗ ਦੀ ਪ੍ਰਾਪਤੀ ਕਰ ਲਈ ਹੈ ਤਾਂ ਉਸਨੂੰ ਹਰਾਉਣਾ ਅਸੰਭਵ ਹੋਵੇਗਾ। ਸਹੀ ਕਿਹਾ ਨੰਦੀ, ਸਾਨੂੰ ਕੁਛ ਤਾਂ ਕਰਨਾ ਹੀ ਪੈਣਾ। ਪ੍ਰਭੂ, ਪਰ ਉਹ ਤਾਂ ਬਹੁਤ ਹੀ ਜ਼ਿਆਦਾ ਸ਼ਕਤੀਸ਼ਾਲੀ ਹੈ। ਹਾਂ ਗਮ, ਸਹੀ ਕਿਹਾ, ਅਤੇ ਉਹ ਬਹੁਤ ਵਿਦਵਾਨ ਵੀ ਹੈ। ਤੁਸੀਂ ਸਾਰੇ ਠੀਕ ਕਹਿ ਰਹੇ ਹੋ, ਸਾਨੂੰ ਇੱਕ ਯੋਜਨਾ ਦੀ ਲੋੜ ਹੈ। ਪ੍ਰਭੂ, ਹੁਣ ਤੱਕ ਤਾਂ ਉਹ ਕਾਫੀ ਦੂਰ ਪੁੱਜ ਗਏ ਹੋਣੇ, ਸਾਨੂੰ ਛੇਤੀ ਨਿਕਲਣਾ ਹੋਵੇਗਾ। ਚਲੀਏ। ਹੁਣ ਤੇ ਮੇਰੇ ਕੋਲ ਆਤਮਲਿੰਗ ਹੈ, ਜੇਕਰ ਮੈਂ ਇਹਦੀ ਸਵੇਰੇ ਸ਼ਾਮ ਪੂਜਾ ਕਰਾਂ ਤੇ ਮੈਂ ਹੋਰ ਵੀ ਸ਼ਕਤੀਸ਼ਾਲੀ ਬਣ ਸਕਦਾ ਹਾਂ ਤੇ ਇਸ ਦੁਨੀਆ ਦੇ ਤਿੰਨੋਂ ਲੋਕਾਂ 'ਚ ਰਾਜ ਕਰ ਸਕਦਾ ਹਾਂ। ਸਾਨੂੰ ਕੁਝ ਵੀ ਕਰਕੇ ਰਾਵਣ ਨੂੰ ਰੋਕਣਾ ਹੋਵੇਗਾ, ਨਹੀਂ ਤਾਂ ਅਨਰਥ ਹੋ ਜਾਵੇਗਾ। ਕੀ ਚੱਲ ਰਿਹਾ ਹੈ? ਪ੍ਰਭੂ, ਸਾਡੇ ਕੋਲ ਦੋ ਤਰੀਕੇ ਨੇ। ਅੱਛਾ, ਦੱਸੋ। ਅਸੀਂ ਇੱਕ ਵੱਡੀ ਗੁਲੇਲ ਬਣਾਵਾਂਗੇ ਅਤੇ ਉਸ ਨਾਲ ਬਹੁਤ ਸਾਰੇ ਨਾਰੀਅਲ ਦਾ ਪ੍ਰਹਾਰ ਕਰਾਂਗੇ। ਹੱਥਾਂ ਵਿੱਚ ਨਾਰੀਅਲ ਰਾਵਣ ਜੀ ਰੋੜਗੇ ਅਤੇ ਆਤਮਾ ਲਿੰਗ ਦਰਦ ਦੇ ਕਾਰਨ ਉਹਨਾਂ ਦੇ ਹੱਥੋਂ ਡਿੱਗ ਜਾਵੇਗਾ। ਪ੍ਰਭੂ, ਸਾਡੀ ਯੋਜਨਾ ਇਸ ਤੋਂ ਚੰਗੀ ਹੈ। ਅਸੀਂ ਇੱਕ ਵੱਡਾ ਜਿਹਾ ਖੱਡਾ ਖੋਦਾਂਗੇ ਤੇ ਉਹਨੂੰ ਪੱਤਿਆਂ ਨਾਲ ਢੱਕ ਦੇਵਾਂਗੇ। ਰਾਵਣ ਜੀ ਜਦੋਂ ਖੱਡੇ ਵਿੱਚ ਪੈਰ ਰੱਖਣਗੇ ਤਾਂ ਧੜਾਮ ਕਰਕੇ ਵਿੱਚ ਡਿੱਗ ਜਾਣਗੇ ਤੇ ਫਿਰ ਆਤਮਾ ਲਿੰਗ ਵੀ ਡਿੱਗ ਜਾਊਗਾ। ਇਹ ਯੋਜਨਾ ਤਾਂ? ਪ੍ਰਭੂ, ਤੁਸੀਂ ਚਿੰਤਾ ਨਾ ਕਰੋ, ਸਾਡੀ ਯੋਜਨਾ ਤੋਂ ਅਸੀਂ ਜ਼ਰੂਰ ਜਿੱਤਾਂਗੇ। ਹੁਣ ਮੇਰੇ ਕੋਲ ਇੱਕ ਹੀ ਉਪਾਅ ਹੈ। ਓਹੋ, ਸ਼ਾਮ ਪੈ ਗਈ ਹੈ ਤੇ ਸੰਧਿਆ ਵੰਦਨ ਦਾ ਸਮੇਂ ਵੀ ਹੋ ਚੁੱਕਿਆ ਹੈ, ਪਰ ਉਸਦੇ ਲਈ ਤਾਂ ਆਤਮਲਿੰਗਨ ਨੂੰ ਨੀਚੇ ਰੱਖਣਾ ਪਏਗਾ। ਨਹੀਂ ਨਹੀਂ, ਜੇ ਇਸ ਨੂੰ ਨੀਚੇ ਰੱਖਤਾ ਤਾਂ ਸਭ ਗੜਬੜ ਹੋ ਜਾਏਗਾ। ਹੁਣ ਕੀ ਕਰਾਂ? ਸੁਣੋ ਬਾਲਕ, ਮੇਰੀ ਸੰਧਿਆ ਵੰਦਨ ਦਾ ਸਮੇਂ ਹੋ ਗਿਆ ਹੈ, ਇਸ ਲਈ ਕੁਝ ਸਮੇਂ ਲਈ ਇਸ ਆਤਮਲਿੰਗਨ ਨੂੰ ਤੁਸੀਂ ਪਕੜੋ। ਮੈਂ ਤੁਰੰਤ ਸੰਧਿਆ ਵੰਦਨ ਕਰਕੇ ਵਾਪਸ ਆ ਰਿਹਾ। ਵਾਪਸ ਆ ਕੇ ਮੈਂ ਬਹੁਤ ਸਾਰੇ ਪੁਹਾਰ ਵੀ ਦਵਾਂਗਾ। ਸ਼੍ਰੀਮਾਨ, ਮੈਂ ਸੂਰਜ ਢਲਣ ਤੋਂ ਪਹਿਲਾਂ ਘਰੇ ਪੁੱਜਣਾ ਹੈ, ਪਰ ਤੁਹਾਡੀ ਭਗਤੀ ਦੇਖ ਕੇ ਮੈਂ ਤੁਹਾਨੂੰ ਨਾ ਨਹੀਂ ਕਹਿ ਸਕਦਾ। ਧੰਨਵਾਦ ਬਾਲਕ, ਪਰ ਚੇਤੇ ਰਹੇ, ਇਹਨੂੰ ਕਿਸੇ ਵੀ ਹਾਲਤ 'ਚ ਨੀਚੇ ਨਹੀਂ ਰੱਖਣਾ। ਪਰ ਇਹ ਕਾਫੀ ਭਾਰੀ ਹੈ, ਜੇ ਮੈਂ ਇਸ ਨੂੰ ਲੰਬੇ ਸਮੇਂ ਤੱਕ ਫੜ ਨਾ ਸਕਿਆ ਤਾਂ? ਮੇਰੇ ਕੋਲ ਇੱਕ ਤਰਕੀਬ ਹੈ, ਮੈਂ ਤੁਹਾਨੂੰ ਤਿੰਨ ਵਾਰ ਬੁਲਾਉਣ ਦੀ ਕੋਸ਼ਿਸ਼ ਕਰਾਂਗਾ, ਜੇ ਤੁਸੀਂ ਨਹੀਂ ਆ ਸਕੇ ਤਾਂ ਮੈਨੂੰ ਇਸ ਸ਼ਿਵਲਿੰਗ ਨੂੰ ਥੱਲੇ ਰੱਖਣਾ ਪਵੇਗਾ। ਠੀਕ ਹੈ, ਮੈਂ ਤੇਰੀ ਗੱਲ ਮੰਨਦਾ। ਸ਼੍ਰੀਮਾਨ, ਇਹ ਬਹੁਤ ਭਾਰੀ ਹੈ, ਕਿਰਪਾ ਕਰਕੇ ਛੇਤੀ ਕਰੋ। ਸ਼੍ਰੀਮਾਨ, ਇਹ ਬਹੁਤ ਜ਼ਿਆਦਾ ਭਾਰੀ।
ਵਿਸ਼ ਨੂੰ ਥੱਲੇ ਰੱਖਣਾ ਹੀ ਪਵੇਗਾ। ਤੂੰ ਕੌਣ ਹੈ ਬਾਲਕ? ਮੈਂ ਹਾਂ ਸ਼ਿਵ ਪੁੱਤਰ ਬਾਲ ਗਣੇਸ਼। ਕਿ ਤੁਸੀਂ ਮੇਰੇ ਤੋਂ ਮੇਰਾ ਵਰਦਾਨ ਛਿਨਣ ਆਏ ਹੋ? ਹਾਂ, ਤਾਂ ਕਿ ਤੁਸੀਂ ਇਸ ਦਾ ਦੁਰਉਪਯੋਗ ਨਾ ਕਰ ਸਕੋ। ਰਾਵਣ, ਰਾਕਸ਼ਸਾਂ ਦਾ ਰਾਜਾ ਹਾਂ ਮੈਂ। ਰਾਵਣ, ਦੇਵਤਾ ਵੀ ਡਰਦੇ ਨਹੀਂ ਮੇਰੇ ਤੋਂ, ਮੇਰੇ ਤੋਂ ਟੱਕਰ ਲੈਣ ਦੀ ਕੋਈ ਸੋਚ ਵੀ ਨਹੀਂ ਸਕਦਾ। ਤੇ ਤੂੰ ਇੱਕ ਛੋਟਾ ਜਿਹਾ ਨਿਆਣਾ ਮੇਰੇ ਤੋਂ ਟੱਕਰ ਲੈਣ ਦੀ ਸੋਚ ਰਹੀ ਹੈ? ਮੇਰਾ ਵਰਦਾਨ ਛਿਨਣਾ ਚਾਹੁੰਦਾ ਹੈ ਤੂੰ? ਹਾਂ, ਕਿਉਂ ਨੰਦੀ ਮੂਸ਼ਕ, ਅਸੀਂ ਇਹੀ ਕਰਨ ਵਾਲੇ ਸੀ ਨਾ। ਬਾਲ ਗਣੇਸ਼, ਤੂੰ ਜਾਣਦਾ ਨਹੀਂ ਮੈਂ ਕਿੰਨਾ ਸ਼ਕਤੀਸ਼ਾਲੀ ਹਾਂ। ਨਾ ਸ਼ਸਤਰ ਤੋਂ ਨਾ ਵਿਦਿਆ ਤੋਂ ਮੈਨੂੰ ਕੋਈ ਨਹੀਂ ਹਰਾ ਸਕਦਾ, ਤੂੰ ਵੀ ਨਹੀਂ। ਓ ਬ੍ਰਿੰਗੀ, ਤੈਨੂੰ ਕੀ ਲੱਗਦਾ ਏ, ਮੈਂ ਇਹਨਾਂ ਨੂੰ ਹਰਾ ਪਾਵਾਂਗਾ? ਹਾਂ ਸ਼ਾਇਦ ਜਾਂ ਸ਼ਾਇਦ ਨਹੀਂ। ਪ੍ਰਭੂ, ਤੁਸੀਂ ਇਹਨਾਂ ਨੂੰ ਚੁਣੌਤੀ ਦਵੋ ਤੇ ਪਤਾ ਚੱਲ ਜਾਊਗਾ ਕੌਣ ਜਿੱਤਿਆ ਕੌਣ ਹਾਰਿਆ। ਮੈਨੂੰ ਚੁਣੌਤੀ ਸਵੀਕਾਰ ਹੈ, ਬਲਕਿ ਮੈਂ ਤਾਂ ਚਾਹੁੰਦਾ ਕਿ ਤੂੰ ਮੇਰੇ ਤੋਂ ਹਾਰੇ। ਮੇਰੀ ਅੰਦਰ ਤੋਂ ਇਹੀ ਇੱਛਾ ਹੈ ਕਿ ਤੂੰ ਮੇਰੇ ਤੋਂ ਹਾਰੇ। ਅਰੇ ਕੀ ਹੋਇਆ? ਰਾਵਣ ਜੀ, ਤੁਸੀਂ ਕਿੰਨੇ ਮੂਰਖ ਨੇ ਆ ਸਭ। ਰਾਕਸ਼ਸ ਰਾਜਾ ਰਾਵਣ, ਮੇਰੇ ਭਗਤ ਜਦੋਂ ਵੀ ਦਿਲ ਤੋਂ ਕੁਝ ਮੰਗਦੇ ਹਨ ਤਾਂ ਮੈਂ ਉਹਨਾਂ ਨੂੰ ਉਹ ਦੇ ਦਿੰਦਾ ਹਾਂ। ਬਸ ਸ਼ਰਧਾ ਸੱਚੀ ਹੋਣੀ ਚਾਹੀਦੀ ਹੈ ਉਹਨਾਂ ਦੀ। ਤੁਸੀਂ ਸੱਚੀ ਸ਼ਰਧਾ ਤੋਂ ਮੰਗਿਆ ਏ ਤਾਂ ਮੈਂ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਾਂਗਾ। ਤਥਾਸਤੂ। ਮੇਰੀ ਚੁਣੌਤੀ ਏ ਕਿ ਜੇਕਰ ਤੁਸੀਂ ਕੇਵਲ ਮੇਰੇ ਇੱਕ ਪੈਰ ਨੂੰ ਇਸ ਧਰਤੀ ਤੋਂ ਹਟਾ ਸਕੇ ਤਾਂ ਮੈਂ ਤੁਹਾਨੂੰ ਆਤਮਲਿੰਗ ਮੋੜ ਦਵਾਂਗਾ। ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ, ਇਹ ਤੇ ਚੁਟਕੀਆਂ ਚ ਹੋ ਜਾਏਗਾ। ਹੁਣ ਮੈਨੂੰ ਤੁਹਾਡੀ ਯੋਜਨਾ ਦਾ ਮਤਲਬ ਸਮਝ ਆਇਆ। ਪ੍ਰਭੂ, ਤੁਹਾਡੀ ਹਾਰ ਚ ਵੀ ਜਿੱਤ ਹੈ ਤੇ ਮੇਰੀ ਜਿੱਤ ਚ ਵੀ ਹਾਰ ਹੈ। ਬਾਲ ਗਣੇਸ਼ ਦੀ ਜੈ। ਬਾਲ ਗਣੇਸ਼ ਦੀ ਜੈ। ਬਾਲ ਗਣੇਸ਼, ਬਾਲ ਗਣੇਸ਼। ਮਾਂ, ਤੁਸੀਂ ਮੈਨੂੰ ਮੋਦਕ ਖੋਣ ਲਈ ਬੁਲਾਇਆ ਏ ਨਾ? ਮੋਦਕ ਖੋਣ ਲਈ ਨਹੀਂ, ਕੰਮ ਲਈ ਬੁਲਾਇਆ ਏ। ਆ ਲੈ ਇਹ ਸਮਾਨ ਆਪਣੇ ਪਿਤਾ ਜੀ ਦੇ ਕੋਲ ਜਾ ਕੇ ਰੱਖ ਦੇ। ਪਰ ਮਾਂ, ਇਸ ਸਮੇਂ ਤਾਂ ਪਿਤਾ ਜੀ ਕੈਲਾਸ਼ ਤੇ ਨੇ, ਉੱਥੇ ਜਾਵਾਂਗਾ ਤਾਂ ਮੇਰਾ ਖੇਲ ਰੁਕ ਜਾਵੇਗਾ। ਬਾਲ ਗਣੇਸ਼, ਇਸ ਸਮੇਂ ਤੇਰੇ ਪਿਤਾ ਧਿਆਨ ਕਰ ਰਹੇ ਨੇ, ਕੀ ਤੈਨੂੰ ਚੰਗਾ ਲੱਗੇਗਾ ਜੇ ਧਿਆਨ ਤੋਂ ਉੱਠਣ ਤੋਂ ਬਾਅਦ ਉਹਨਾਂ ਨੂੰ ਇਸ਼ਨਾਨ ਕਰਨ ਲਈ ਫੁੱਲਾਂ ਦੀ ਸੁਗੰਧ ਅਤੇ ਅੰਗੋਛਾ ਨਾ ਮਿਲਿਆ ਤਾਂ? ਤੁਸੀਂ ਠੀਕ ਕਹਿ ਰਹੇ ਹੋ ਮਾਂ, ਪਹਿਲਾਂ ਮਾਤਾ ਪਿਤਾ ਦੀ ਸੇਵਾ, ਉਸ ਤੋਂ ਬਾਅਦ ਕੰਮ ਦੂਜਾ। ਚਲੋ ਮੂਸ਼ਕ ਮਹਾਰਾਜ, ਕੈਲਾਸ਼ ਚਲੀਏ। ਹੋਰ ਤੇਜ ਮੂਸ਼ਕ ਮਹਾਰਾਜ, ਹੋਰ ਤੇਜ।
ओ रुक भी जाओ मूषक जी, असी कैलाश पहुंच गए हाँ। कौन है? तू ए फट अते ए मैनू दे। प्रभु बाल गणेश, प्रभु तुहानू एदा लुड़कान दी हिम्मत किन्ने कीती? दसो मैनू, मैं ओदा सिर फोड़ दूंगा। ए सब तू ही किता ए नंदी महाराज। मैं मैं किवें? ए अपराध ता तुहाडे तो ही होया ए नंदी महाराज। चलो हुण बिना टाइम खराब किते अपना वचन पूरा करो, तुसी अपना सिर फोड़ो। जेकर ए अपराध मैं किता है ता मैनू दंड अवश्य मिलना चाहिदा है। मैं हुणे उस चट्टान ते अपना सिर फोड़ लेंदा हां। ओ रुक नंदी महाराज, उस चट्टान दी जगह जे तू उस दरख्त ते भी टक्कर मार देगा ता भी तेरा वचन रह जाएगा। जो आज्ञा प्रभु जी। अगम सही कहा तू, ए ता सानू मार ही देवेगा। अरे कोई एनु रोको, नंदी रुक जाओ। नहीं कहो मुशक महाराज, इस शरारत विच मजा आया कि नहीं? बिल्कुल आया प्रभु। नंदी एह समान तो छेती पिताजी को ले जाके रख दे। प्रणाम मुनिवर। प्रणाम मुनिवर। आयुष्मान भवा, प्रभु बाल गणेश, असी महादेव नाल मिला। पिताजी ता इस समय ध्यान मगन ने मुनिवर। ता उन्हां नूं जगा दियो बाल गणेश, सानू उस नाल मिलना बहुत जरूरी है। की मैं थाडी आवश्यकता दा कारण जान सकदा हां मुनिवर? रुक जा दुष्ट पापी, हुण तेरी मौत दा वेला आ गया है। ओ ऋषि, मेरे तो लड़न दी हिम्मत लई तेरी मैं तारीफ करदा हां, इसलिए तेनू मैं छड़ रहा हां। लेकिन यह जीवन दान सिर्फ कल तक दा है, कल मैं तुम सब नु मार के खा जावांगा। जे असी समा रहंदे सिंधु असुर नु ना रोका बाल गणेश, ता ओ सारी मनुखता लई काल बन जावेगा। मेरे ख्याल नाल एने छोटे जाए काम वास्ते थानो पिताजी दा ध्यान भंग करन दी लोड़ नहीं है मुनिवर। थोड़े दुष्ट सिंधु असुर नु ता मैं ही देख लैंदा हां मुनिवर। पर प्रभु तुसी ता हले बच्चे हो ते ओ शरीर दे अनुपात नाल बाल दी तुलना ना करो मुनिवर। कीड़ी छोटी हुंदी है पर ओ हाथी दी सुंड विच वड़ के उसनु पछाड़न दी शक्ति रख दी है।
ਕੀ ਤੁਸੀਂ ਸਾਰੇ ਤਿਆਰ ਹੋ? ਜੀ ਪ੍ਰਭੂ, ਜੀ ਪ੍ਰਭੂ, ਜੀ ਪ੍ਰਭੂ। ਤਾਂ ਚਲੋ। ਫਿਰ ਤੂੰ ਇਹ ਗਲਤੀ ਨਾ ਕਰੀ। ਨਿਰਦੋਸ਼ ਪ੍ਰਾਣੀਆਂ ਅਤੇ ਰਿਸ਼ੀ ਮੁਨੀਆਂ ਨੂੰ ਮਾਰ ਕੇ ਆਪਣੇ ਆਪ ਨੂੰ ਸ਼ੂਰਵੀਰ ਸਮਝਣ ਵਾਲੇ ਸਿੰਦੂਰਾਸੁਰ, ਮੈਂ ਤੈਨੂੰ ਲੜਨ ਲਈ ਲਲਕਾਰਦਾ ਹਾਂ। ਬਾਹਰ ਆ ਸਿੰਦੂਰਾਸੁਰ। ਕਿਹਦੀ ਮੌਤ ਆਈ ਹੈ ਜਿਹੜਾ ਮੇਰੇ ਸਾਹਮਣੇ ਆ ਕੇ ਮੈਨੂੰ ਲਲਕਾਰ ਰਿਹਾ ਹੈ? ਹਿੰਮਤ ਹੈ ਤਾਂ ਬਾਹਰ ਆ ਸਿੰਦੂਰਾਸੁਰ। ਕਿਸ ਦੀ ਮੌਤ ਆਈ ਹੈ ਜਿਹੜਾ ਮੈਨੂੰ ਲਲਕਾਰ ਰਿਹਾ ਹੈ? ਸਾਹਮਣੇ ਹੀ ਤਾਂ ਖੜਾ ਹਾਂ ਸਿੰਦੂਰਾਸੁਰ, ਥੱਲੇ ਤਾਂ ਦੇਖ। ਤੂੰ ਮੈਨੂੰ ਮਾਰੇਗਾ ਬਾਲਕ? ਨਹੀਂ ਸਿੰਦੂਰਾਸੁਰ, ਮੈਂ ਤੈਨੂੰ ਨਹੀਂ ਮਾਰਾਂਗਾ, ਬਲਕਿ ਤੇਰਾ ਹੰਕਾਰ ਤੈਨੂੰ ਮਾਰੇਗਾ। ਲੱਗਦਾ ਹੈ ਇਸ ਰਾਕਸ਼ਸ ਦੀ ਬੁੱਧੀ ਭ੍ਰਸ਼ਟ ਹੋ ਗਈ ਹੈ। ਪਰ ਤੁਹਾਨੂੰ ਅਜਿਹਾ ਕਿਉਂ ਲੱਗਦਾ ਹੈ ਬ੍ਰਿੰਗੀ? ਕਿਉਂਕਿ ਮੇਰੇ ਕੋਲ ਬੁੱਧੀ ਹੈ ਜੋ ਤੇਰੇ ਕੋਲ ਨਹੀਂ ਹੈ। ਤੇਰਾ ਧੰਨਵਾਦ ਸਿੰਦੂਰਾਸੁਰ, ਤੇਰੇ ਇਸ ਹੱਸਣ ਦੀ ਕਲਾ ਨੇ ਮੇਰਾ ਭਰਪੂਰ ਮਨੋਰੰਜਨ ਕੀਤਾ ਏ। ਹਾਂ ਸਿੰਦੂਰਾਸੁਰ, ਜਿਹੜਾ ਮੌਤ ਦਾ ਦੂਜਾ ਨਾਂ ਹੈ ਉਹ ਤੈਨੂੰ ਮਨੋਰੰਜਨ ਦਾ ਸਾਧਨ ਲੱਗਦਾ ਹੈ? ਬਿਲਕੁਲ। ਹੁਣ ਗੱਲਾਂ ਵਿੱਚ ਸਮੇਂ ਨਾ ਬਰਬਾਦ ਕਰ ਸਿੰਦੂਰਾਸੁਰ, ਜੇ ਤੂੰ ਵਚਨ ਦਿੰਦਾ ਏ ਕਿ ਅੱਜ ਤੋਂ ਬਾਅਦ ਤੂੰ ਕਿਸੇ ਵੀ ਰਿਸ਼ੀ ਮੁਨੀ ਅਤੇ ਮਨੁੱਖਾਂ ਨੂੰ ਨਹੀਂ ਸਤਾਵੇਂਗਾ ਤਾਂ ਮੈਂ ਮਹਾਦੇਵ ਪਾਰਵਤੀ ਪੁੱਤਰ ਬਾਲ ਗਣੇਸ਼ ਤੈਨੂੰ ਛੱਡ ਦੇਵਾਂਗਾ। ਤਾਂ ਤੂੰ ਹੈ ਮਹਾਦੇਵ ਪੁੱਤਰ ਬਾਲ ਗਣੇਸ਼? ਤਾਂ ਠੀਕ ਹੈ, ਮੈਂ ਫਾਲਤੂ ਵਿੱਚ ਸਮਾਂ ਬਰਬਾਦ ਨਹੀਂ ਕਰਦਾ, ਪਰ ਤੈਨੂੰ ਹੁਣੇ ਫੜ ਕੇ ਮਸਲ ਦਿੰਦਾ ਹਾਂ। ਮਸਲਣ ਦੀ ਇੱਛਾ ਪਾਲ ਰਿਹਾ ਏ, ਪਹਿਲਾਂ ਫੜ ਕੇ ਤਾਂ ਦਿਖਾ। ਹੁਣ ਦੇਖਦਾ ਹਾਂ ਤੂੰ ਕਿਵੇਂ ਬਚਦਾ ਹੈ ਬਾਲ ਗਣੇਸ਼। ਓਮ ਨਮਃ ਸ਼ਿਵਾਯ। ਅਸੀਂ ਤੁਹਾਡੀ ਸ਼ਕਤੀ ਦੀ ਸ਼ੱਕ ਕੀਤਾ, ਸਾਨੂੰ ਮਾਫ ਕਰੋ ਪ੍ਰਭੂ ਬਾਲ ਗਣੇਸ਼। ਸ਼ੰਕਾ ਛੱਡੋ ਮੁਨੀਵਰ, ਤੁਹਾਡੇ ਚੱਕਰ ਵਿੱਚ ਮੈਂ ਅਤੇ ਨੰਦੀ ਜੀ ਪਿਤਾ ਜੀ ਨੂੰ ਅੰਗੋਛਾ ਅਤੇ ਫੁੱਲਾਂ ਦੀ ਸੁਗੰਧ ਦੇਣਾ ਭੁੱਲ ਗਏ। ਇਸ ਤੋਂ ਪਹਿਲਾਂ ਕਿ ਉਹ ਧਿਆਨ ਤੋਂ ਉੱਠਣ, ਮੈਨੂੰ ਇਹ ਦੋਵੇਂ ਚੀਜ਼ਾਂ ਉੱਥੇ ਰੱਖਣੀਆਂ ਪੈਣਗੀਆਂ। ਮੈਂ ਜਾ ਰਿਹਾ ਹਾਂ, ਪ੍ਰਣਾਮ। Oh, my God.
पता नहीं ये पापी लोग कद समझेंगे। इन्हां नू मार दे तां मैनू बहुत ही भुख लग गई। हाँ बाल गणेश, चलो माँ दे हाथ दे बनाए हुए मोदक खांदे। कमर तोड़ दी। बाल गणेश किथे सी तू? मैं कदों तो तेरा इंतजार कर रही सी। हुन छेती जा ते आखिर मेरी प्यारी सहेली लक्ष्मी जी नू दे आ। पर मां सानू भी तो बहुत भूख लगी है। ओ सारा कुछ बाच, पहले एनू दे आ। ठीक है मां, मैं बस ऐदा ही गया ते ऐदा ही आ गया। मैनू बहुत जोर तो भूख लगी है, लक्ष्मी मेरे लिए कुछ खाने लिए बना दे। जी स्वामी। खड़ जा माते। ओ बाल गणेश की होया, तू इन्ना भजदा होया क्यों आ रहा है? सारा कुछ ठीक ता है ना? जी माते, सब कुछ ठीक है। ओ माँ ने थोड़े लिए खीर भेजी है, इसलिए मैं छेती भज के आ गया। आ लो, हुन आज्ञा दो माता, मैनू जाना पौगा। आयुष्मान भव। मेरी सहेली पार्वती नू मेरे वल्लों शुक्रिया कही। तुसी तो बहुत ही किस्मत वाले हो स्वामी, तुहानू भुख लगदे ही खीर आपे चल के तुहाडे कोल आ गई। किद्दां ना आंदी लक्ष्मी, जिहदे कोल लक्ष्मी है ओहदे कोल तां। कहता तुसी ठीक ही रहे हो। की होया लक्ष्मी, आज तुसी बहुत खुश लग रहे हो। खुश होने वाली तो गल है स्वामी, धरती ते मेरी प्रसिद्धि लगातार वधदी जा रही है। अजकल लोकी सुख शांति दी थां ते मैनू मंग रहे ने। ओदां वधिया ही है, मेरा आशीर्वाद जिदे नाल होए ओ इस दुनिया दे सारे सुख बड़ी आसानी नाल पा लैंदा है। लक्ष्मी दी गल्लां तां मैनू मान महसूस हो रहा है। ओदा लक्ष्मी, जे तुहाडा दित्ता होया पैसा किसी नू भी बहुत ज्यादा सुखी कर सकदा है। हाँ? ता तुसी ता पैसे दी राणी हो, ते हुण तक तुहानू जवाक दा सुख क्यों नहीं मिलिया? ओदा आखीर ता बहुत स्वाद लग रही है, तुसी भी खाओ। मैनू माफ करी लक्ष्मी, ता जेड़ा मान मैनू तुहाडे अंदर महसूस हो रहा सी ओनू तोड़ना जरूरी सीगा। माता, बिना वक्त नू गवाए हुए मां बनण दा एक उपाय मेरे कोल हैगा। तुसी किसी जवाक नू गोद क्यों नहीं लै रहे? माता, जवाक नू गोद लै लवा? आ तू की कह रहा है शेषनाग? नहीं नहीं, मेरा कहने का मतलब ओ नहीं, मैनू माफ कर दो माते, माफ कर दो मैनू। नहीं नहीं शेषनाग, तेरे तो कोई भूल नहीं हुई है, बल्कि तू तो बहुत वधिया सलाह दित्ती है, जवाक गोद लेना ही सही रहेगा। ओहो, हुन इन्हां नूं सबक सिखाउण च होर किन्ना टाइम लगूगा? कर जाके माँ दे हाथ दे मोदक खाने हैं। बाल गणेश, उदा हो ही गया, थोड़े जिद्दी सीगे ताई थोड़ा ज्यादा समय लग गया है। हाँ।
चल ओए चल छेती, मां ने करे मोदक बनाए होने हैं। लक्ष्मी, सानू वेखना पएगा कि इदा दी केड़ी मां है जो कि बिना किसी तकलीफ तो अपना जवाक तुहानू दे दे। हाँ, मैं हुणे ही आ कम कार्तिके ते बाल गणेश नू सौंप दिनी आ। जिद्दां तुहानू वधिया लगे। कार्तिके ते बाल गणेश? सहेली पार्वती, तेरे दो जवाक ने, कि तू मैनू कार्तिके या गणेश विच्चों किसे इक नू नहीं दे सकती? आ तू पार्वती, मेरी इस बेनती नू स्वीकार करके मैनू भी मां बनन दा सुख दे दे। सहेली लक्ष्मी, तू जिन्ना सौखा समझ रही है ए सारा कुछ उन्ना सौखा नहीं है। हाँ, कार्तिके दा असली रूप छे मुँह वाला है ते ओ हर मुँह तो रोटी खांदा है। ओदे ले रोटी बनांदी बनांदी तू बहुत ज्यादा थक जाएगी। ते फिर तू मैनू बाल गणेश दे दे। बाल गणेश नू भी रखना इन्ना आसान नहीं है लक्ष्मी, ओ बहुत ज्यादा शरारती है, तेनू सारा दिन अपनी उंगलों ते नचाएगा, ओनू संभालना भी तेरे बस की गल नहीं है लक्ष्मी। पार्वती, जे मैं ये कहा कि मैं तेरे बाल गणेश की हर शरारत नू जर लांगी ते दस सेली ते की तू मैनू बाल गणेश दे देगी? प्रणाम लक्ष्मी माता। आयुष्मान पव बाल गणेश, तुसी मैनू अपना पुत कह सकते हो? हाँ, मतलब मैंने ते मेरे यारा ने थोड़ी दोना दी गल्ला सुन ली है। तू कहना की चांदा है बाल गणेश? माँ, माता लक्ष्मी मैनू अपना दत्तक पुत्र बना के माँ त्रित्व दा सुख पाना चाहती है। ये तो थोड़े पुत्र दा सौभाग्य है माता। इस प्रकार मैनू एक नहीं दो दो ते जसवी माता दी ममता दा सुख भोगन दा अवसर मिलूगा। आओ आओ आ आओ आ बगम। प्रभु ये कह रहा है जे तुसी बैकुंठ चले जाओगे ते फिर साड़ा की होगा? तुसी ऐदा नहीं कर सकते, तुसी अपने यारा नू इधर छड़ के नहीं जा सकते, साडे तो थोड़ा जाना सहन नहीं होगा। तुहानू एडा दा निर्णय लेने तो पहला एक बार तो साडे बारे सोचना चाहिदा सी। बस 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 बगम बस, की ए सब अगम ने किया? क्षमा प्रभु, उसने तो बस खाली पहली लाइन ही कही सी, बाकी तो मैं सारी अपने मन दी गल कही है। आ प्रभु बगम सही कह रहा है, तुसी ऐदा नहीं कर सकते। यारो, मेरे लिए की बहकुंड अते की कैलाश, मैं तो उथे रह के भी सारे दे नाल ही रहांगा। ते आ एकदम पक्की गल है, पर लगता है तुसी सारे तो मैनू भुलन की कोशिश कर रहे हो। ये तुसी किदा दी गल कर रहे हो प्रभु? अपा तो तुहाडे शरीर दे अंग ने, अपा किदा? हाँ प्रभु, तुहाडे बिना असी एक पल भी नहीं रह सकदे। जे रहन दी सोचोगे मैं तो ता भी नहीं रहने दवांगा। ते मां, फिर की फैसला है तुहाडा? लक्ष्मी, एक मां दी रूह ओहदे बच्चियां विच हुंदी है, अपने तो अलावा किसी होर नू बाल गणेश दी मां कहण दा अधिकार देना इहदे बारे मैं सोच भी नहीं सकदी। पर फिर भी मैं एक फैसला किया है। की फैसला किया है पार्वती? जिवें कि मैनू दो दो जवाकां दी मां होण दा सुख मिलिया है, ओदा दा ही सुख मेरी सहेली नू भी मिलना चाहीदा है। की सच पार्वती? हाँ सहेली, मैं अज तो बाल गणेश नू तेरा गोद लिया हुआ पुत घोषित करदी हां। तेरा बहुत बहुत शुक्रिया सहेली। तेरे जेही सहेली ते बाल गणेश जेहा पुत पाके मैनू दुनिया दी सारी खुशी मिल गई। मैं तेनू आशीर्वाद देनी हां कि तेनू मेरी सारी सुख शांति ते समृद्धि मिले। दिवाली वाले दिन या कोई भी पूजा ते मैनू पूजन वाले नू तेनू जरूर पूजना पएगा। दीना लोकां विच जो भी तेरी पूजा नहीं करेगा मैं ओदे कोल कदी भी नहीं जावांगी। पार्वती, एदे विच कोई शक नहीं है कि तू बाल गणेश नू मेरा पुत घोषित करता है, पर ए दुनिया बाल गणेश नू तेरा ही पुत मन्नेगी। वो
ਬੋਲ ਲਕਸ਼ਮੀ ਪਾਰਵਤੀ ਦੀ ਬੋਲ ਗਣੇਸ਼ ਦੀ ਖੜ ਜਾਓ ਯਾਰੋ ਤੁਸੀਂ ਸਾਰੇ ਭੁੱਲ ਗਏ ਕੀ ਸਾਨੂੰ ਤਾਂ ਭੁੱਖ ਲੱਗੀ ਸੀ ਇਸ ਲਈ ਆਪਾਂ ਇੱਥੇ ਭੱਜ ਕੇ ਆਏ ਸੀ ਹੁਣ ਜਦ ਲਕਸ਼ਮੀ ਮਾਂ ਵੀ ਮੇਰੀ ਹੁਣ ਮਾਤਾ ਬਣ ਚੁੱਕੀ ਹੈ ਤੇ ਫਿਰ ਅੱਜ ਦਾ ਭੋਜਨ ਇਹਨਾਂ ਨੂੰ ਹੀ ਬਣਾਉਣਾ ਪਊਗਾ ਚਲੋ ਮਾਤੇ ਹੁਣ ਮੇਰੇ ਲਈ ਸੌ ਅਤੇ ਇਹਨਾਂ ਸਾਰਿਆਂ ਦੇ ਲਈ ਵੀ 100-100 ਮੋਦਕ ਬਣਾ ਦਿਓ 100-100 ਮੋਦਕ ਸਭ ਦੇ ਲਈ ਕਿੰਨਾ ਔਖਾ ਹੈ ਪ੍ਰਭੂ ਕੱਲ ਪੜ੍ਹ ਕੇ ਸੁਣਾਵਾਂ ਮੂਸ਼ਕ ਪੜ੍ਹਨਾ ਤਾਂ ਅੱਜ ਹੀ ਹੋਵੇਗਾ ਨਹੀਂ ਤਾਂ ਨੰਦੀ ਨੂੰ ਗੁੱਸਾ ਆ ਜਾਵੇਗਾ ਫੇਰ ਨਾ ਕਹੀਂ ਮੈਂ ਦੱਸਦਾ ਮੂਸ਼ਕ ਮਹਾਰਾਜ ਪਿਛਲੀ ਵਾਰੀ ਸਾਨੂੰ ਨੰਦੀ ਨੇ ਗੁੱਸੇ 'ਚ ਉਲਟਾ ਲਟਕਾ ਦਿੱਤਾ ਸੀ ਪੂਰੇ 2 ਦਿਨਾਂ ਬਾਅਦ ਅਸੀਂ ਹੇਠਾਂ ਉਤਰੇ ਹਾਂ ਸ਼ਾਂਤ ਨੰਦੀ ਸ਼ਾਂਤ ਇੰਨਾ ਗੁੱਸਾ ਚੰਗਾ ਨਹੀਂ ਹੁੰਦਾ ਸ਼ਾਂਤ ਰਹਿ ਬਈ ਸ਼ਾਂਤ ਮੈਂ ਪੜ੍ਹਦਾ ਮੈਂ ਹੁਣੇ ਪੜ੍ਹਦਾ ਭੋਲੇਨਾਥ ਸਾਨੂੰ ਬਚਾ ਲਓ ਸਾਨੂੰ ਸਾਰਿਆਂ ਨੂੰ ਇਸ ਸੰਸਾਰ ਨੂੰ ਸਿੰਧੂ ਨੇ ਸਵਰਗ ਨੂੰ ਵੀ ਤਬਾਹ ਕਰ ਦਿੱਤਾ ਹੈ ਸਾਰੇ ਦੇਵ ਲੋਕ ਵਿੱਚ ਹਾਹਾਕਾਰ ਮਚੀ ਹੋਈ ਹੈ ਕੀ ਉਹ ਸਿੰਧੂ ਇੱਥੇ ਕੈਲਾਸ਼ ਤੇ ਹਮਲਾ ਕਰਨ ਲਈ ਆ ਰਿਹਾ ਹੈ ਇੱਥੇ ਕੈਲਾਸ਼ ਤੇ ਇੰਨਾ ਦੁਸਾਹਸ ਸਿੰਧੂ ਵਿੱਚ ਭੋਲੇਨਾਥ ਤੇ ਉਹ ਕਹਿੰਦੇ ਹੋਏ ਆ ਰਿਹਾ ਹੈ ਕਿ ਉਹ ਤੁਹਾਨੂੰ ਵੀ ਕੈਦੀ ਬਣਾ ਦੇਗਾ ਐਦਾਂ ਕਿਹਾ ਉਸਨੇ ਤੇ ਤੁਹਾਡੇ ਤੱਕ ਸਿੰਧੂ ਦੀ ਹਵਾ ਪਹੁੰਚ ਹੀ ਗਈ ਸਾਡੇ ਤੋਂ ਮਿਲੇ ਵਰਦਾਨ ਦਾ ਗਲਤ ਇਸਤੇਮਾਲ ਕਰ ਰਿਹਾ ਹੈ ਸਿੰਧੂ ਭੋਲੇਨਾਥ ਹੁਣ ਅਸੀਂ ਕੀ ਕਰੀਏ ਤੁਸੀਂ ਚਿੰਤਾ ਨਾ ਕਰੋ ਮੈਂ ਉਸਨੂੰ ਠਿਕਾਣੇ ਲਗਾਉਂਦਾ ਹਾਂ ਗਣੇਸ਼ ਪਰ ਬਾਲਕ ਗਣੇਸ਼ ਠੀਕ ਰਹਿਣਗੇ ਇਸ ਕੰਮ ਨੂੰ ਪੂਰਾ ਕਰਨ ਲਈ ਪ੍ਰਭੂ ਤੁਸੀਂ ਵੀ ਤੁਸੀਂ ਮਾਓ ਇਸੇ ਲਈ ਕਹਿ ਰਹੇ ਹੋ ਪਰ ਤੁਸੀਂ ਇਹ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਾਲ ਗਣੇਸ਼ ਸਾਡੇ ਤੋਂ ਕਿਸੇ ਤੋਂ ਵੀ ਤਾਕਤ ਜਾਂ ਸਿਆਣਪ ਵਿੱਚ ਘੱਟ ਨਹੀਂ ਹੈ ਬਾਲ ਗਣੇਸ਼ ਸਿੰਧੂ ਨੇ ਬਹੁਤ ਤਪੱਸਿਆ ਤੋਂ ਬਾਅਦ ਮੈਥੋਂ ਵਰਦਾਨ ਵਿੱਚ ਅੰਮ੍ਰਿਤ ਤੇ ਭੋਲੇਨਾਥ ਤੋਂ ਸੂਰਿਆ ਦੇਵ ਦੇ ਦਿੱਤੇ ਹੋਏ ਕਵਚ ਤੋਂ ਉਹਨਾਂ ਦੇ ਤ੍ਰਿਸ਼ੂਲ ਜੋ ਕਿ ਸਭ ਤੋਂ ਮਜ਼ਬੂਤ ਧਾਤੂ ਨਾਲ ਬਣਿਆ ਹੈ ਉਹ ਵੀ ਭੇਜ ਨਾ ਸਕੀ ਇਹੋ ਜਿਹਾ ਵਰਦਾਨ ਲਿੱਤਾ ਹੈ ਸਿੰਧੂ ਦੀ ਧੁਨੀ ਵਿੱਚ ਅੰਮ੍ਰਿਤ ਨਾਲ ਭਰੀ ਇੱਕ ਕੁੱਬੀ ਹੈ ਜਿਹਨੂੰ ਉਸਨੇ ਸੂਰਿਆ ਦੇਵ ਦੇ ਕਵਚ ਨਾਲ ਢਕਿਆ ਹੋਇਆ ਹੈ ਉਸ ਕੁੱਬੀ ਨੂੰ ਤੋੜ ਕੇ ਹੀ ਸਿੰਧੂ ਨੂੰ ਮਾਰਿਆ ਜਾ ਸਕਦਾ ਹੈ ਨਹੀਂ ਤੇ ਸਿੰਧੂ ਅਮਰ ਰਹੂਗਾ ਮੈਂ ਤਿਆਰ ਹਾਂ ਪਰ ਹਲੇ ਸਾਰੇ ਗਣ ਵੀ ਨਹੀਂ ਹੈਗੇ ਇੱਥੇ ਇੰਨੀ ਵੱਡੀ ਸੈਨਾ ਦਾ ਸਾਹਮਣਾ ਕਿੱਦਾਂ ਹੋਵੇਗਾ ਤੁਸੀਂ ਚਿੰਤਾ ਨਾ ਕਰੋ ਮਾਂ ਸਿੰਧੂ ਲਈ ਤਾਂ ਮੈਂ ਕੱਲਾ ਹੀ ਕਾਫੀ ਹਾਂ ਅਤੇ ਮੈਂ ਉਸਨੂੰ ਮਿਲੇ ਵਰਦਾਨਾਂ ਨੂੰ ਵੀ ਤਾਂ ਜਾਣਦਾ ਹਾਂ ਮੈਂ ਜਿੱਤ ਕੇ ਹੀ ਮੁੜਾਂਗਾ ਜਾਣਦੀ ਹਾਂ ਜਿੱਤ ਕੇ ਆਈ ਪੁੱਤਰ ਇੰਨੀ ਵੱਡੀ ਸੈਨਾ ਚੰਗੀ ਤਿਆਰੀ ਕੀਤੀ ਹੈ ਪ੍ਰਭੂ ਇਹ ਸਾਡੀ ਨਹੀਂ ਉਸ ਰਾਕਸ਼ਸ ਦੀ ਸੈਨਾ ਹੈ ਉਹ ਜਾਣਦਾ ਹਾਂ ਮੂਸ਼ਕ ਚਿੰਤਾ ਨਾ ਕਰ ਸਿੰਧੂ ਦੁਸਾਹਸੀ ਤੂੰ ਭਗਵਾਨ ਵਿਸ਼ਨੂੰ ਅਤੇ ਭੋਲੇਨਾਥ ਨੂੰ ਬੰਦੀ ਬਣਾਉਣ ਚੱਲਿਆ ਹੈ ਇਹ ਬੱਚੇ ਆਪਣੇ ਘਰ ਚਲਾ ਜਾ ਮੈਂ ਭੋਲੇਨਾਥ ਅਤੇ ਭਗਵਾਨ ਵਿਸ਼ਨੂੰ ਨੂੰ ਮਾਰ ਕੇ ਕੈਲਾਸ਼ ਤੇ ਰਾਜ ਕਰਾਂਗਾ ਰਾਜ ਮੇਰਾ ਸਮਾਂ ਬਰਬਾਦ ਨਾ ਕਰ ਦੁਸ਼ਟ ਰਾਕਸ਼ਸ ਤੂੰ ਉਹਨਾਂ ਦਾ ਨਾਮ ਵੀ ਕਿੱਦਾਂ ਲਿਆ ਉਹਨਾਂ ਤੱਕ ਪਹੁੰਚਣ ਤੋਂ ਪਹਿਲਾਂ ਤੈਨੂੰ ਮੇਰੇ ਨਾਲ ਲੜਨਾ ਪਵੇਗਾ ਚੰਗਾ ਪਰ ਇੱਕ ਬੱਚੇ ਨਾਲ ਮੈਂ ਕਿਉਂ ਲੜਾਂ ਫਿਰ ਵੀ ਤੂੰ ਹੈ ਕੌਣ ਮੈਂ ਹਾਂ ਬਾਲ ਗਣੇਸ਼ ਭੋਲੇਨਾਥ ਦਾ ਪੁੱਤਰ ਚੰਗਾ ਹੈ ਪਰ ਬੱਚੇ
तू मेरी इस वड्डी फौज दा सामना किवे करेगा? तुहाडे कोल ता फौज है ही नहीं। ऐसी एन्ने ही काफी हां तेरे लई। ए छोटा जेहा चूहा, ए पतला, ए मोटा राक्षस, अते ए अजीब जेहा दिसण वाला जीव, अते तू सानू मारेगा? नंदी हले नहीं, जदो मैं कहांगा ओदो अपना गुस्सा उतारी ना ते। सिंधु हले भी कुछ नहीं बिगड़िया, भोलेनाथ तो माफी मांग ले अते एथो चले आ जा, नहीं ता इसका नतीजा बहुत बुरा होवेगा। अरे बच्चे, तू ता की तेरा पिता भी मेरा कोई नुकसान नहीं कर सकता। पहला मैं तुहानू सारे नु मारांगा अते फिर भोलेनाथ नु। सिंधु तेरी इन्नी हिम्मत, सर्वनाश कर दो इन राक्षसां दा। हले तेरा समा नहीं आया। हमला! मूषक तैयार हो जा, पर हाँ तैनो तेरे पुराने रूप विच आना पवेगा। जो तोड़ी आ गया प्रभु। हे डरपोको, रुको अते मजबूती नाल सामना करो। हे बच्चे, तू मेरी फौज नु मारिया, पर मैं इकल्ला ही काफी हां, मैं सब कुछ मिटा दियांगा। बाल गणेश, कि तू मैनू मारेगा, मैं ता अमर हां, अमर। जिन्ना चेर मेरे कोल अमृत है, मैनू कुछ नहीं हो सकदा, कुछ नहीं। मैनू मारन लई आया सी, मैनू मारना तेरा एक सुपना ही रहेगा। मैं चाहुंदा हां कि तुसी मैनू मारो, सच मैं चाहुंदा हां कि तुसी मैनू मार दियो, पर अजेहा हो नहीं सकदा क्योंकि मैं अमर हां, अमर। ओए ओए ओए, सिंधु तू उतर गया। सिंधु मेरे भगत जदों भी दिल तो कुछ मांगदे ने तां मैं उहनां नूं ओह दे दिंदा हां, बस शरदा सच्ची होनी चाहीदी है। तू सच्ची शरदा नाल मंगया है तां मैं तेरी इच्छा जरूर पूरी करांगा, तथास्तु। Ah!
जिन्ना चेर मेरे कोले अमृत है। ओए रुक जा मैनू पता है भगवान विष्णु ने मैनू दस्या है। अच्छा पर की तू जानदा है कि सूर्य देव दे दित्ते हुए इस कवच नू शिवजी दा त्रिशूल भी। ओए रुक जा मैनू पता है भोलेनाथ ने मैनू ए भी दस्या सी। मैं तेनू मार देंगा। सिंधू मैनू बाद विच मारी, पहला अपने आप नू ता बचा ले। क्योंकि वरदान लेंदे समय तुम भोलेनाथ तो ए नहीं पुछया सी कि उना दे त्रिशूल तो भी तेज कोई अजेहा भी औजार है जो इस कवच नू तोड़ सके। की केड़ा हथियार? परशु। नहीं 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 बाल गणेश। बाल गणेश दी जय। बाल गणेश दी जय। बाल गणेश दी जय। वाह मां, आज दा मोदक विच बहुत चंगी खुशबू आ रही है। मक्खन ना लगा बाल गणेश? जिन्ने सी सारे परोस देते ने। हुण मैं चली आराम करन। चंगी तरह खाई सारे। प्रभु ये कह रहा है नंदी दे कोल इस तू वद मोदक है। ऐदा किवें हो सकता है, माता सारे नु बराबर परोस दिए। नंदी दे मोदक कुछ वादता लग रहे ने। नहीं प्रभु, कितने ज्यादा ने। फिर तो किन्नी बार क्या है कि मेरी रोटी ते नजर ना लाया कर। ऐदा कहने नाल कुछ नहीं होना नंदी जी, न्याय करना पवेगा। पर उस तो पहला असी अपना भोजन कर लिए। ता हुण आरंभ कर दे हां न्याय प्रक्रिया। बगम तेरे मोदक ता इना दोना तो ज्यादा हो गए ने, इना नु भी बराबर करना पवेगा। लो भाई हो गया न्याय। ना रहा बांस ना बजेगी बांसुरी। जिन्ना मोदकां कारण तुसी सारे लड़ रहे सी, हुण ओही नहीं रहे ता लड़ाई किद्दां दी? प्रभु न्याय नहीं है, न्याय है। हुण आपां की खावांगे? मेरे हुंदे होए थानू अपनी भुख दे बारे विच चिंता करन दी कोई लोड़ नहीं है मित्रो। जे तुसी सारे ने मैनू फड़ लिया ता समझो भोजन मिल गया। फड़ो मैनू। ਕਿਹੋ ਜਿਹਾ ਪ੍ਰਸ਼ਨ ਹੈ ਦੇਵੀ? ਤਿੰਨਾਂ ਲੋਕਾਂ ਚ ਇਹੋ ਜਿਹਾ ਕੌਣ ਹੈ ਜਿਹੜਾ ਸਾਡੇ ਪ੍ਰਭੂ ਨੂੰ ਨਹੀਂ ਜਾਣਦਾ? ਅਗਿਆਨਤਾ ਲਈ ਕਸ਼ਮਾ ਦੇਵਗਣੋ,
कृपा करके अपना परिचय दो। पहला थोड़े खेल विच विघन पाउन लई तुसी सानू माफ कर दवो देवी। ए सारे मेरे मित्र ने अते मैं शिव पार्वती पुत्र बाल गणेश। पूरी दुनिया नू अत्याचारी असुरा तो मुक्ति दवांदे ने। तुसी ते तुहाडे मित्र बड़े संस्कारी ने बाल गणेश। नागराज वासुकी दी पुत्री अश्लेषा दे प्रणाम दे नाल नाल करां दा निमंत्रण भी स्वीकार करियो। नहीं नहीं प्रभु, उत्थे नहीं जा सकदे। हाले ता इन्हां नू सादा भी हिसाब तुहाडे नाल नहीं जा सकदे। बस एकदम सही कर रहा है। मेरे प्यारे मित्रो, मना क्यों कर रहे हो? मैं कहा सी ना, जे तुसी सारिया ने मैनू फड़ लिया ता ओ जंदा इंतजाम कर दवांगा। नाग लोग जानते तरह तरह दे पकवान मिलनगे। हाँ सच्ची? पुछ लवा। हाँ जी पुछो। नाग पुत्री, की थोड़े उत्थे भोजन दी व्यवस्था है? अवश्य है बाल गणेश। सानू विचार करना पौगा। की कहंदे हो नंदी, मैंने ता है सदा स्वीकार करना ठीक लग रहा है। ये कह रहा है कि असी हुण ता पार्वती मां तू भी खाण ले कुछ नहीं मंग सकदे हां। बाल गणेश ने सब कुछ खा लिया है। इन्ने घट शब्दा विच तू इन्ना ज्यादा किदां बोल लैना है अगम? ओ ता सारिया दी सहमति तो असी सारे नाग कन्या दा बुलावा स्वीकार करदे हां। साडे पिछे पिछे आओ। महल तां बहुत ही सुंदर है। बाल गणेश, तुसी सारे इत्थे ठहरो, असी पिताजी नू तुहाडे बारे दस के आने आ। ठीक है राजकुमारी। असी किन्नी वार कहा तुहानू राजकुमारी, अनजान बंदिया नाल तुसी गल ना करया करो, लेकिन तुसी तो उन्हां नू घर ही ले आए। पिताजी, बाल गणेश भगवान ने असी भाग्यशाली हां जिहड़ा ओ इत्थे पधारे। जाओ उन्हां दे भोजन दी तैयारी करो, असी भी वेखांगे कौन भगवान है। हां वाह प्रभु, असी तां तुहाडी गल मन के धन हो गए हां। शको बाल गणेश। वैसे बाल गणेश, जिथे तक सानू पता है हर भगवान दा अपना एक अलौकिक रूप हुंदा है, पर तुहानू वेख के एदां लगदा तां नहीं किते तुसी? पिता जी। तुसी गोल मटोल हो, नक दी जगह हाथी दे वर्गी लंबी सूंड लेके घूम रहे हो, खान दे चटोरे हो, तुहाडे मित्र भी तुहाडे ही वांग अजीब ने। एक बैल दे सिर वाला, एक चूहा, एक दी हड्डियां गिन लो तुसी, दूजा काला, तीजा जिनू समझ ही नहीं हैगी। मेहमान दा मजाक उड़ाना राजा नू शोभा नहीं दिंदा। मेहमान जी, मैनु तो बस उंज ही तुहानु सब नु वेख के हसी आ रही है। ता तुसी पहला खुल के हस क्यों नहीं लेंदे नागराज? हसना ता चाहुंदा हां बाल गणेश जी, पर तुहाडे सारे दे इत्थे होण करके मैं हस नहीं पा रहा। लेकिन तुसी भगवान हो ता साडी एक इच्छा है, तुसी ओथे ही बैठे बैठे सानू हसाओ। क्यों, की होया, कुछ गलत कह हो गया मेरे तो? अन्य था दा ता पता नहीं नागराज, पर तुसी हस दे ता हुन गए। ओ नागराज, मेरे भगत सच्चे मन तो जो कुछ भी मैं तो मांग दे हन, मैं उन्हां नू ओह जरूर दंदा हां। तुसी सच्चे मन तो मंगया है ता तुहाडी इच्छा मैं जरूर पूरी करांगा, तथास्तु।
की हो रहा है? हंसी रुक नहीं रही। बाल गणेश, अपने पिताजी दे अपराध लई मैं क्षमा मांगनी हूँ। पिता दे अपराध ले पिता ही माफी मंगे राजकुमारी ता ठीक होवेगा, नहीं ता सानू सुनाई नहीं दिंदा। पिताजी क्षमा मांग लो ना। मैं नागराज हूं, मैं माफी नहीं मंगांगा। और मैंने ही कुछ करना पड़ेगा, मैंने शेष नाग नु बुलाना पड़ेगा। किस दुष्ट दी अजही हिम्मत जो मेरे वीर दे नाल पाया करे, वो कौन है? एह मैं हाँ शेषनाग। यही है, यही है गाय शेषनाग, एनु छड़े होना इसनु। प्रभु तुसे माफ कर दियो, प्रभु जे तुसे मेरे गर्जन नाल परेशान हुए होता। किन्नी वार कहा है कि तुसी नाग लोक तू बाहर भी निकला करो, सब नू समझो, सब दी खबर रखो, जिस दे द्वारा तुसी जानते हो कि किस नाल किवे व्यवहार करना है। इस तू पहला तुसी कार्तिके प्रभु नाल उलझे सी, ए उसदे ही छोटे वीर ने। मैनू माफ कर दो बाल गणेश, हालो कान फड़दा हां, मैं वादा करदा हां कि आज तो बाद कदे भी किसी दा मजाक नहीं उड़ावांगा। अपनी गलती नूं सुधारन लई मैं तुहानू नागराज देंदा हां। नहीं नागराज, मैंने तुहाडा नागलोक नहीं चाहिदा, एह तुहाडा है अते तुहाडा ही रहेगा। मैं बस इन्ना चाहुंदा हां कि अपने आनंद लई तुसी दूजियां दा मजाक कदे भी ना उड़ाओ, किसे दा मजाक उड़ाना पाप दे समान हुंदा है। मैं अपनी गलती मानदा हां, अज तो बाद पूरे नाग लोक विच कोई किसे दा मजाक नहीं उड़ाऊगा। बाल गणेश दी जय। बाल गणेश दी जय।